ਹੌਟ ਨਿਊਜ਼ ਇੰਡੀਆ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਸਰਦੇਸ਼ ਨਿਚਾਲ ਸਵਾਗਤ ਕਰਦਾ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾ ਵਾਇਰਸ ਤੋਂ ਲੜਨ ਲਈ ਪ੍ਰਕੋਪ ਤੋਂ ਬਚਣ ਲਈ ਲੋਕਾਂ ਵੱਲੋਂ ਇਕਜੁੱਟਤਾ ਦਾ ਸੰਦੇਸ਼ ਦਿੰਦੇ ਹੋਏ 9 ਵਜੇ 9 ਮਿੰਟ ਲਈ ਦੀਪਕ ਦੀਏ ਅਤੇ ਟੋਰਚਾਂ ਜਲਾਉਣ ਲਈ ਜਿਹੜਾ ਅਹਿਮਾਨ ਕੀਤਾ ਗਿਆ ਸੀ ਉਸ ਦੇ ਚੱਲਦਿਆਂ ਅੱਜ ਲੋਕਾਂ ਵੱਲੋਂ ਦੀਵੇ ਦੀਆ ਅਤੇ ਹੋਰ ਪ੍ਰਕਾਸ਼ ਦੇ ਤਹਿਤ ਬਣਾਉਣੇ ਦੀਵੇ ਜਲਾਉਣੇ ਸ਼ੁਰੂ ਕਰ ਦਿੱਤੇ ਹੈ ਅਤੇ ਲੋਕਾਂ ਵੱਲੋਂ ਆਪਣੇ ਘਰਾਂ ਦੀਆਂ ਲਾਈਟਾਂ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹੈ। ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਸ਼ਹਿਰ ਦੇ ਸਥਿਤੀ ਦੇ ਬਾਰੇ ਦਿਖਾਵੇ ਕਿ ਲੋਕ ਕਿੱਦਾਂ ਦੀਵੇ ਜਲਾ ਰਹੇ ਹਨ। ਤੁਸੀਂ ਦੇਖ ਸਕਦੇ ਹੋ ਕਿੱਦਾਂ ਲੋਕਾਂ ਨੇ ਦੀਵੇ ਜਗਾ ਰਹੇ ਨੇ। ਸਿਰਫ ਗਲੀ ਦੀ ਸਟਰੀਟ ਲਾਈਟਾਂ ਚੱਲ ਰਹੀਆਂ, ਬਾਕੀ ਸਭ ਬੁੱਝੀਆਂ ਹੋਈਆਂ ਅਤੇ ਲੋਕ ਦੀਵੇ ਜਗਾ ਰਹੇ ਨੇ, ਟੋਰਚਾਂ ਚਲਾ ਰਹੇ ਨੇ, ਆਪਣੇ ਮੋਬਾਈਲ ਦੀਆਂ ਲਾਈਟਾਂ ਚਲਾ ਰਹੇ ਨੇ। ਹੌਟ ਨਿਊਜ਼ ਇੰਡੀਆ ਦੇ ਅੱਜ ਕਰੋਨਾ ਮਹਾਂਮਾਰੀ ਨੂੰ ਹਰਾਉਣ ਵਾਸਤੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਨਤਾ ਨੂੰ ਆਹਵਾਨ ਕੀਤਾ ਕਿ 9 ਵਜੇ 9 ਮਿੰਟ ਦੀਵੇ ਜਲਾ ਕੇ ਕਰੋਨਾ ਨੂੰ ਭਗਾਉਣਾ ਹੈ, ਉਹਦੇ ਵਿੱਚ ਸ਼ਹਿਰ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਕਰੋਨਾ ਮਹਾਂਮਾਰੀ ਨੂੰ ਹਿੰਦੁਸਤਾਨ ਦੇ ਵਿੱਚੋਂ ਭਜਾਉਣ ਵਾਸਤੇ ਇਹ ਬਹੁਤ ਹੀ ਅੱਛਾ ਅਤੇ ਸਾਡੇ ਸ਼ਾਸਤਰਾਂ ਦੇ ਹਿਸਾਬ ਨਾਲ ਬਹੁਤ ਹੀ ਅੱਛਾ ਤਰੀਕਾ ਹੈ, ਜਿਹਦੇ ਨਾਲ ਕਿ ਕਰੋਨਾ ਸਾਡੇ ਹਿੰਦੁਸਤਾਨ ਵਿੱਚ ਟਿਕ ਨਾ ਸਕੇ ਅਤੇ ਇੱਥੇ ਛੱਡ ਕੇ ਕਿਤੇ ਹੋਰ ਚਲਾ ਜਾਵੇ, ਸਮੁੰਦਰ 'ਚ ਚਲਾ ਜਾਵੇ ਤਾਂ ਕਿਤੇ ਹੋਰ ਚਲਾ ਜਾਵੇ, ਮਿੱਟੀ 'ਚ ਦੱਬ ਜਾਵੇ। ਸਕਦੇ ਹੋ ਕਿ ਲੋਕਾਂ ਨੇ ਆਪਣੇ ਘਰਾਂ ਦੀਆਂ ਬੱਤੀਆਂ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੀਵਾ ਜਲਾਉਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਆਹਵਾਨ 'ਤੇ ਸਾਰਾ ਦੇਸ਼ ਇਕਜੁੱਟ ਹੋ ਕੇ ਆਪਣੇ ਘਰਾਂ ਦੇ ਅੱਗੇ ਆਪਣੇ ਬਾਲਕੋਨੀਆਂ 'ਤੇ ਦੀਵੇ ਜਲਾ ਕੇ ਇਕਜੁੱਟਤਾ ਦਾ ਸੰਦੇਸ਼ ਦੇ ਰਹੇ ਨੇ। ਪਰਮਾਤਮਾ ਪੂਰੇ ਦੇਸ਼ ਵਾਸੀਆਂ ਨੂੰ ਇਸ ਮਹਾਂਮਾਰੀ ਨਾਲ ਲੜਨ ਦਾ ਬਲ ਬਖਸ਼ੇ। ਦੀਵੇ ਜਲਾਏ, ਇਹਦਾ ਆਪਣੇ ਕੀ ਕਹਿਣਾ? ਮੈਂ ਪਰਮਾਤਮਾ ਦੀ ਅਰਦਾਸ ਕੀਤੀ ਹੈ ਕਿ ਪਰਮਾਤਮਾ ਇਸ ਮਹਾਂਮਾਰੀ ਤੋਂ ਛੁਟਕਾਰਾ ਦਵਾਓ, ਸਮਸਤ ਵਿਸ਼ਵ ਦਾ ਕਲਿਆਣ ਕਰੋ। ਅਤੇ ਆਪਣਾ ਕਰੋਨਾ ਪ੍ਰਕੋਪ ਨੂੰ ਲੈ ਕੇ ਮੋਦੀ ਜਿਹੜਾ ਆਹਵਾਨ ਸੀ ਉਹਦੇ 'ਤੇ ਆਪਣਾ ਕੀ ਕਹਿਣਾ? ਉਹਨਾਂ ਨੇ ਜੋ ਵੀ ਕੀਤਾ ਦੇਸ਼ ਦੀ ਭਲਾਈ ਵਾਸਤੇ ਕੀਤਾ। ਮੋਦੀ ਜੀ ਦੇ ਕਹਿਣ ਅਨੁਸਾਰ ਪੂਰੇ ਵਿਸ਼ਵ ਨੇ ਆਪਣੀਆਂ ਲਾਈਟਾਂ ਬੰਦ ਕਰਕੇ ਦੀਏ ਜਲਾਏ ਹੈ, ਇਹਦਾ ਇੱਕ ਬੜਾ ਤਕੜਾ ਸਾਇੰਟੀਫਿਕ ਇਫੈਕਟ ਹੁੰਦਾ ਹੈ।
ਪੰਜਾਬ ਜਲੰਧਰ ਦੇ ਵਾਸੀਓ, ਕਰੋਨਾ ਦੀ ਤ੍ਰਾਸਦੀ ਨੂੰ ਲੈ ਕੇ ਬਹੁਤ ਸਾਰੀਆਂ ਸ਼ੰਕਾਵਾਂ ਅਤੇ ਬਹੁਤ ਸਾਰੇ ਸਵਾਲ ਤੁਹਾਡੇ ਮਨਾਂ ਦੇ ਵਿੱਚ ਹੋਣਗੇ। ਮੈਂ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਪਹਿਲੂ ਨੂੰ ਲੈ ਕੇ ਜਿਹੜਾ ਕਰੋਨਾ ਤ੍ਰਾਸਦੀ ਨਾਲ ਜੁੜਿਆ ਹੋਇਆ ਤੁਹਾਡੇ ਰੂਬਰੂ ਹੋਇਆ। ਤੁਹਾਡੇ ਮਨਾਂ ਦੇ ਵਿੱਚ ਸਵਾਲ ਉੱਠਦੇ ਹੋਣਗੇ ਕਿ ਕਰੋਨਾ ਵਾਇਰਸ ਕਿੰਨੀ ਕੁ ਦੇਰ ਚੱਲੂਗੀ, ਇਹ ਤ੍ਰਾਸਦੀ ਇਹ ਜਿਹੜੀ ਮਹਾਂਮਾਰੀ ਹੈ ਇਹਦੀ ਮਿਆਦ ਕਿੰਨੀ ਕੁ ਲੰਬੀ ਹੈ, ਕਿਆ ਇਹ ਦੁਬਾਰਾ ਆ ਸਕਦੀ ਹੈ, ਕਿਆ ਸਾਨੂੰ ਕਿੰਨੀ ਕੁ ਦੇਰ ਘਰਾਂ ਦੇ ਵਿੱਚ ਰਹਿਣਾ ਪਊਗਾ। ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਅੱਜ ਮੈਂ ਤੁਹਾਨੂੰ ਇੱਕ ਡਾਕਟਰ ਹੋਣ ਨਾਤੇ ਦੇਣਾ ਚਾਹੂੰਗਾ। ਦੋਸਤੋ, ਪਿਛਲੇ 400-500 ਸਾਲ ਦੇ ਇਤਿਹਾਸ ਦੇ ਵਿੱਚ ਜਿੰਨੀਆਂ ਵੀ ਮਹਾਂਮਾਰੀਆਂ ਮਨੁੱਖਤਾ ਦੇ ਵਾਸਤੇ ਤ੍ਰਾਸਦੀ ਜਿਨ੍ਹਾਂ ਨੇ ਬਣਾਈ ਹੈ, ਉਹਨਾਂ ਦੇ ਇਤਿਹਾਸ ਤੋਂ ਪਤਾ ਲੱਗਦਾ ਕਿ ਇਹ ਜਿਹੜੀ ਮਹਾਂਮਾਰੀ ਵੀ ਕੁਛ ਹਫ਼ਤਿਆਂ ਤੋਂ ਲੈ ਕੇ ਕੁਛ ਆਪਣੇ ਮਹੀਨਿਆਂ ਤੱਕ ਰਹਿ ਸਕਦੀ ਹੈ, ਇਹ ਦੁਬਾਰਾ ਵੀ ਵੱਧ ਘੱਟ ਸਕਦੀ ਹੈ। ਇਹਦੀ ਮਿਆਦ ਨੂੰ ਬਹੁਤਾ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ, ਪਰ ਇਹ ਜ਼ਰੂਰ ਹੈ ਸਾਲਾਂ ਤੱਕ ਨਹੀਂ ਪਹੁੰਚਦੀ, ਕੁਛ ਮਹੀਨਿਆਂ ਦੇ ਬਾਅਦ ਇਹ ਜੋ ਵੀ ਇਹਨੇ ਮਨੁੱਖਤਾ ਨੂੰ ਦੁੱਖ ਦੇਣੇ ਨੇ ਉਹ ਦੇ ਕੇ ਆਪਣੇ ਆਪ ਖਤਮ ਹੋ ਜਾਂਦੀ ਹੈ। ਇਹਦੀ ਦਵਾਈ ਕੀ ਹੈ? ਸੋ ਦੋਸਤੋ, ਪਿਛਲੇ ਸਮੇਂ ਦੇ ਵਿੱਚ ਤੁਸੀਂ ਅਖਬਾਰਾਂ ਦੇ ਵਿੱਚ ਵੀ ਪੜ੍ਹਿਆ ਹੋਣਾ ਜਾਂ ਰਸਾਲਿਆਂ ਮੈਗਜ਼ੀਨਾਂ ਦੇ ਵਿੱਚ ਪੜ੍ਹਿਆ ਹੋਣਾ ਕਿ ਜਿਹੜੀ ਮਲੇਰੀਏ ਦੀ ਦਵਾਈ ਹੈ ਹਾਈਡਰੋਕਲੋਰੋਕੁਈਨ ਸਲਫੇਟ ਜਾਂ ਆਈਵਰਮੈਕਟਿਨ, ਜਿਹੜੀ ਪੈਰਾਸਾਈਟਸ ਮਾਰਨ ਨੂੰ ਅਸੀਂ ਦਿੰਦੇ ਹਾਂ, ਉਹਦੇ ਉੱਤੇ ਲੋਕਾਂ ਨੇ ਬਹੁਤ ਸਾਰੇ ਐਕਸਪੈਰੀਮੈਂਟ ਕੀਤੇ ਨੇ, ਡਾਕਟਰਾਂ ਨੇ, ਸਾਇੰਸ ਦੇ ਇਹਨਾਂ ਨੇ, ਪਰ ਸਾਰੇ ਸਾਇੰਸਦਾਨ ਡਾਕਟਰ ਇਹਦੇ ਉੱਤੇ ਇੱਕ ਮਤ ਨਹੀਂ ਹਨ। ਇਹਦਾ ਉਪਯੋਗ ਆਪ ਮੁਹਾਰਾ ਨਾ ਕੀਤਾ ਜਾਵੇ, ਇਹਨਾਂ ਦਵਾਈਆਂ ਦੇ ਬਹੁਤ ਸਾਰੇ ਸਾਈਡ ਇਫੈਕਟ ਵੀ ਹੁੰਦੇ ਨੇ। ਦੋਸਤੋ, ਅਜੇ ਪੰਜਾਬ ਦੇ ਵਿੱਚ ਔਰ ਦੇਸ਼ ਦੇ ਵਿੱਚ ਇਸ ਮਹਾਂਮਾਰੀ ਦੀ ਤੀਜੀ ਸਟੇਜ, ਜਿਹਨੂੰ ਅਸੀਂ ਸਮੁਦਾਇਕ ਇਨਫੈਕਸ਼ਨ ਕਹਿੰਦੇ ਹਾਂ ਜਾਂ ਕਮਿਊਨਿਟੀ ਇਨਫੈਕਸ਼ਨ ਕਹਿੰਦੇ ਹਾਂ, ਉਹ ਨਹੀਂ ਆਈ, ਪਰ ਅਸੀਂ ਤੇਜ਼ੀ ਦੇ ਨਾਲ ਦੋਸਤੋ ਉਸ ਸਟੇਜ ਵੱਲ ਵੱਧ ਰਹੇ ਹਾਂ। ਉਹਦੇ ਵਿੱਚ ਇੱਥੇ ਜਿਹੜੀ ਇਲਤਜ਼ਾ ਮੇਰੀ ਅਪੀਲ ਹੈ ਤੁਹਾਨੂੰ, ਉਹ ਇਹ ਹੈ ਕਿ ਅਨੁਸ਼ਾਸਨ ਵਿੱਚ ਰਹਿ ਕੇ ਘਰਾਂ ਵਿੱਚ ਰਹੋ, ਕਮਿਊਨਿਟੀ ਡਿਸਟੈਂਸ ਨੂੰ ਬਣਾ ਕੇ ਰੱਖੋ। ਉਹੀ ਇੱਕ ਤਰੀਕਾ ਹੈ ਕਿ ਅਸੀਂ ਤੀਜੀ ਸਟੇਜ ਆਉਣ ਤੋਂ ਰੋਕ ਸਕਦੇ ਹਾਂ। ਇਹਦਾ ਇੱਕ ਪਰਹੇਜ਼ ਹੀ ਇਲਾਜ ਹੈ ਦੋਸਤੋ। ਅੱਜ ਸ਼ਾਮ ਨੂੰ, ਰਾਤ ਨੂੰ 9 ਵਜੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨੇ ਆਦੇਸ਼ ਕੀਤਾ ਹੈ ਕਿ 9 ਮਿੰਟ ਵਾਸਤੇ ਤੁਸੀਂ ਬਿਜਲੀ ਦੀਆਂ ਬੱਤੀਆਂ ਨੂੰ ਬੰਦ ਕਰਕੇ ਅਤੇ ਮੋਮਬੱਤੀਆਂ, ਦੀਵੇ ਜਾਂ ਮੋਬਾਈਲ ਦੀ ਲਾਈਟ ਨੂੰ ਆਪਣੇ ਘਰਾਂ ਦੇ ਦਰਵਾਜ਼ੇ 'ਤੇ ਜਾਂ ਬਾਰਕੋਨੀਆਂ ਦੇ ਵਿੱਚ ਖੜ੍ਹੇ ਹੋ ਕੇ ਆਪਣੇ ਜੀਵਨ ਨੂੰ, ਜਿਹੜਾ ਬੋਰ ਹੋ ਚੁੱਕਿਆ ਪਿਛਲੇ ਦਿਨਾਂ ਦੇ ਵਿੱਚ, ਜਿਹਦੇ 'ਚ ਨੀਰਸਤਾ ਆ ਚੁੱਕੀ, ਨਿਰਾਸ਼ਾ ਆ ਚੁੱਕੀ ਹੈ, ਉਹਨੂੰ ਰੋਸ਼ਨੀ ਦੇ ਵੱਲ ਵਧਾਉਣ ਵਾਸਤੇ ਤੁਸੀਂ ਉਹ 9 ਮਿੰਟ ਵਾਸਤੇ ਮੋਮਬੱਤੀ ਜਾਂ ਛੋਟੀ ਰੋਸ਼ਨੀ ਨੂੰ ਜਗਾ ਕੇ ਤਾਂ ਇੱਕ ਮੋਟੀਵੇਸ਼ਨਲ ਐਕਸਰਸਾਈਜ਼ ਜਿਹੜੀ ਉਹ ਕਰਨੀ ਹੈ। ਸੋ ਦੋਸਤੋ, ਤੁਹਾਨੂੰ ਇਸ ਮਹਾਂਮਾਰੀ ਦੀ ਬਾਬਤ ਅਗਰ ਕੋਈ ਜਾਣਕਾਰੀ, ਅਗਰ ਕੋਈ ਸ਼ੰਕਾ, ਅਗਰ ਕਿਸੇ ਤਰ੍ਹਾਂ ਦਾ ਸਵਾਲ ਤੁਹਾਡੇ ਮਨ 'ਚ ਪੈਦਾ ਹੁੰਦਾ ਤਾਂ ਤੁਸੀਂ ਮੈਨੂੰ 24 ਘੰਟੇ, ਮੈਂ ਤੁਹਾਨੂੰ 2 ਮੋਬਾਈਲ ਨੰਬਰ ਦੇ ਰਿਹਾ ਜੋ ਮੇਰੇ ਆਪਣੇ ਵਿਅਕਤੀਗਤ ਮੋਬਾਈਲ ਨੰਬਰ ਨੇ, ਇਹ ਕਿਸੇ ਨੂੰ ਵੀ ਕੋਈ ਸਮਾਂ ਨਾ ਹੋਵੇ ਜਿਸ ਵੇਲੇ ਵੀ ਉਹ ਮੈਨੂੰ ਕਾਲ ਕਰ ਸਕਦਾ। ਉਹ ਨੰਬਰ, ਮੈਂ ਡਾਕਟਰ ਸ਼ਿਵਦਿਆਲ ਮਾਲੀ, ਰਿਟਾਇਰਡ ਸੀਨੀਅਰ ਮੈਡੀਕਲ ਅਫਸਰ, ਉਹ ਨੰਬਰ ਤੁਹਾਨੂੰ ਮੈਂ ਦੱਸ ਰਿਹਾ ਅਤੇ ਕਿਰਪਾ ਕਰਕੇ ਨੋਟ ਕਰ ਲਓ, 98-156-90-141, 9815690141। ਇਸ ਨੰਬਰ 'ਤੇ ਤੁਸੀਂ ਮੈਨੂੰ ਵਟਸਐਪ 'ਤੇ ਸਵਾਲ ਕਰ ਸਕਦੇ ਹੋ, ਤੁਸੀਂ ਮੇਰੀ ਫੇਸਬੁੱਕ ਖੋਲ੍ਹ ਕੇ ਉਹਦੇ ਉੱਤੇ ਮੈਨੂੰ ਕੁਝ ਪੁੱਛ ਸਕਦੇ ਹੈਗੇ ਹੋ, ਉਹ ਨੰਬਰ 'ਤੇ ਸਿੱਧੀ ਵੀ ਤੁਸੀਂ ਕਾਲ ਕਰ ਸਕਦੇ ਹੋ। ਇਹਨਾਂ ਅਪੀਲ ਦੇ ਨਾਲ ਦੋਸਤੋ, ਘਰਾਂ 'ਚ ਰਹੋ, ਸੁਰੱਖਿਅਤ ਰਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਗਾਇਆ ਮੂਰਤੀਆਂ ਜਗਾਈਆਂ, ਇਹਦਾ ਆਪਣਾ ਕੀ ਕਹਿਣਾ ਵਾ, ਤੁਹਾਡਾ ਕੀ ਤਰਕ ਹੈ ਇਹਦੇ 'ਤੇ? ਇਹ ਦੇਸ਼ ਕੇ ਲੀਏ ਬਹੁਤ ਫਾਇਦੇਮੰਦ ਚੀਜ਼ ਹੈ, ਸਾਇੰਟੀਫਿਕਲੀ ਵੀ ਇਸਕਾ ਬਹੁਤ ਇਫੈਕਟ ਹੈ, ਔਰ ਮੋਰਲੀ ਵੀ, ਔਰ ਦੇਸ਼ ਕੀ ਏਕਜੁਟਤਾ ਦਿਖਾਣੇ ਕਾ ਵੀ ਸਮੇਂ। ਮੋਦੀ ਜੀ ਨੇ ਜੋ ਵਿਚਾਰ ਪੇਸ਼ ਕੀਆ, ਇਹ ਉਨਕਾ ਅਕੇਲਾ ਵਿਚਾਰ ਨਹੀਂ ਹੈ, ਇਹ 130 ਕਰੋੜ ਲੋਕੋ ਕਾ ਵਿਚਾਰ ਹੈ, ਔਰ ਉਨਕੇ ਮੁਖ ਸੇ ਯੇ ਸ਼ਬਦ ਨਿਕਲੇ, ਇਸ ਲਈ ਉਨਕੋ ਜ਼ਿਆਦਾ ਕ੍ਰੈਡਿਟ ਜਾਤਾ ਹੈ। ਲੇਕਿਨ ਸਾਰੇ ਦੇਸ਼ ਵਾਸੀ ਮੋਦੀ ਜੀ ਕੇ ਸਾਥ ਹੈ, ਦੇਸ਼ ਕੇ ਸਾਥ ਹੈ, ਇਸ ਆਪੱਤੀਜਨਕ ਸਥਿਤੀ ਮੇਂ ਸਭੀ ਕੋ ਮਿਲਕਰ ਉਨਕੀ ਔਰ ਦੇਸ਼ ਕੀ ਉਨਤੀ ਕੇ ਲੀਏ ਆਪਣਾ ਯੋਗਦਾਨ ਦੇਣਾ ਚਾਹੀਦਾ।